ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਆਪਾਂ ਨੂੰ ਕਮੈਂਟ ਪਹੁੰਚਾ ਹੈ ਉਹ ਪੁੱਛਦੇ ਨੇ ਵੀਰ ਜੀ ਮੈਂ ਗੁਰਬਾਣੀ ਦਾ ਪਾਠ ਤੇ ਮੂਲ ਮੰਤਰ ਦਾ ਪਾਠ ਕਰਦੀ ਹਾਂ ਧਿਆਨ ਜਾਂ ਮੈਡੀਟੇਸ਼ਨ ਨਹੀਂ ਆਉਂਦੀ ਕਰਨੀ ਪਲੀਜ਼ ਰਿਪਲਾਈ ਜ਼ਰੂਰ ਕਰਨਾ ਜਦੋਂ ਧਿਆਨ ਕਰਨਾ ਹੈ ਤਾਂ ਜੋ ਸਾਹ ਹੈ ਉਹ ਮੂੰਹ ਤੋਂ ਲੈਣਾ ਹੈ ਜਾਂ ਨੱਕ ਤੋਂ ਲੈਣਾ ਹੈ ਨਾਭੀ ਤੱਕ ਕਿਵੇਂ ਲੈਣਾ ਹੈ ਉਹ ਸਾਰਾ ਧਿਆਨ ਦਾ ਪੁੱਛਣਾ ਚਾਹੁੰਦੇ ਨੇ ਤੋ ਵਾਹਿਗੁਰੂ ਜੀ ਕਿਸੇ ਦਿਨ ਅਸੀਂ ਵੀਡੀਓ ਬਣਾਵਾਂਗੇ ਤੇ ਉਹਦੇ ਵਿੱਚ ਆਪਾਂ ਕਲੀਅਰ ਕਰਾਂਗੇ ਪਰ ਅੱਜ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਆਂ ਆਡੀਓ ਦੇ ਥਰੂ ਜਿਵੇਂ ਅਸੀਂ ਦੁਨੀਆਵੀ ਭਾਸ਼ਾ ਬੋਲਦੇ ਹਾਂ ਕਿਸੇ ਦੇ ਨਾਲ ਗੱਲ ਕਰਦੇ ਹਾਂ ਉਦੋਂ ਅਸੀਂ ਇਹ ਨਹੀਂ ਦੇਖਦੇ ਕਿ ਸਾ ਅੰਦਰ ਜਾਂਦਾ ਹੈ ਜਾਂ ਬਾਹਰ ਆਉਂਦਾ ਹੈ ਅੰਦਰ ਜਾਣ ਲੱਗੇ ਜਾਂ ਬਾਹਰ ਜਾਣ ਲੱਗੇ ਸਾਡੀ ਉਹ ਗੱਲ ਉਹ ਭਾਸ਼ਾ ਸਾਡੀ ਬਣ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ ਉਦੋਂ ਵੀ ਸਾਹ ਅੰਦਰ ਜਾਂ ਬਾਹਰ ਜਾਂਦਾ ਹੈ ਪਰ ਅਸੀਂ ਆਪਣੀ ਸੁਰਤੀ ਦੇ ਨਾਲ ਇਹ ਮਹਿਸੂਸ ਕਰਨਾ ਹੈ ਕਿ ਜਦੋਂ ਅਸੀਂ ਵਾਹਿ ਕਹਿਨੇ ਹਾਂ ਤਾਂ ਉਹ ਅੰਦਰ ਨੂੰ ਗਿਆ ਧੁੰਨੀ ਤੱਕ ਤੇ ਜਦੋਂ ਅਸੀਂ ਗੁਰੂ ਕਹਿੰਦੇ ਹਾਂ ਤਾਂ ਉਹ ਤਾ ਨੂੰ ਆਇਆ ਗगन ਵੱਲ ਨੂੰ ਮੁੱਖ ਵੱਲ ਨੂੰ ਇਸੇ ਤਰ੍ਹਾਂ ਆਪਾਂ ਸਿਮਰਨ ਅਭਿਆਸ ਕਰਨਾ ਹੁੰਦਾ ਤੇ ਜਦੋਂ ਆਪਾਂ ਧਿਆਨ 'ਚ ਬੈਠਣਾ ਹੈ ਫਿਰ ਅਸੀਂ ਜੋ ਸੁਵਾਸ ਸਾਡੇ ਨਾਸਾ ਰਾਹੀਂ ਚੱਲ ਰਹੇ ਨੇ ਨੱਕ ਤੋਂ ਸਾਹ ਸਾਡੇ ਚੱਲ ਰਹੇ ਨੇ ਫਿਰ ਆਪਾਂ ਇੱਥੋਂ ਹੀ ਲੈਣਾ ਹੈ ਫਿਰ ਆਪਾਂ ਮੁੱਖ ਨਹੀਂ ਖੋਲਣਾ ਇਹ ਸਾਹ ਜੋ ਸਾਡੇ ਨਾਰਮਲ ਚੱਲਦੇ ਪਏ ਨੇ ਆਪਾਂ ਉੱਥੋਂ ਹੀ ਚੱਲਣ ਦੇਣੇ ਨੇ ਫੇਰ ਹੀ ਅਸੀਂ ਆਪਣੇ ਸਰੀਰ ਨੂੰ ਭੁੱਲ ਸਕਦੇ ਹਾਂ ਧਿਆਨ ਦੇ ਵਿੱਚ ਬੈਠਣ ਤੋਂ ਪਹਿਲਾਂ ਅਸੀਂ ਸਿੱਧੇ ਲੇਟ ਜਾਣਾ ਹੈ ਤੇ ਜੇ ਸਾਡੀ ਚੌਂਕੜੀ ਵਧੀਆ ਤਰੀਕੇ ਨਾਲ ਵੱਜਦੀ ਹੈ ਜਿੱਥੇ ਸਾਡੇ ਸਰੀਰ ਦੀ ਹਲਜੋਲ ਨਹੀਂ ਹੁੰਦੀ ਫਿਰ ਆਪਾਂ ਉਸੇ ਤਰੀਕੇ ਬਿਠੇ ਰਹਿਣਾ ਹੈ ਰਸਨਾ ਤੋਂ ਜਿਹੜਾ ਜਾਪ ਆਪਾਂ ਕਰਦੇ ਸੀ ਉਹ ਬੰਦ ਕਰ ਦੇਣਾ ਧਿਆਨ ਦੇ ਵਿੱਚ ਬੈਠਣ ਲੱਗਿਆਂ ਆਪਾਂ ਅੱਖਾਂ ਨੂੰ ਬੰਦ ਕਰ ਲੈਣਾ ਸਰੀਰ ਨੂੰ ਢਿੱਲਾ ਛੱਡ ਲੈਣਾ ਆਪਾ ਸਰੀਰ ਦਾ ਕੋਈ ਅੰਗ ਨਹੀਂ ਹਿਲਾਉਣਾ ਅੱਖਾਂ ਬੰਦ ਕਰਨ ਤੋਂ ਬਾਅਦ ਸਾਹਮਣੇ ਹਨੇਰਾ ਦਿਖਾਈ ਦਿੰਦਾ ਹੈ ਜਾਂ ਪ੍ਰਕਾਸ਼ ਦਿਖਾਈ ਦਿੰਦਾ ਹੈ ਉੱਥੇ ਵੇਖੀ ਜਾਣਾ ਤੇ ਜੋ ਸਾਡਾ ਧਿਆਨ ਹੈ ਉਸ ਨੂੰ ਅੰਤਰਗਤ ਜੋ ਸਾਡੇ ਅੰਦਰ ਸ਼ਬਦ ਚੱਲਦੇ ਨੇ ਉਧਰ ਲੈ ਕੇ ਜਾਣਾ ਹੈ ਸ਼ਬਦਾਂ ਦੇ ਵਿੱਚ ਧਿਆਨ ਰੱਖਣਾ ਹੈ ਮਨ ਦਾ ਆਸਣ ਆਪਾਂ ਸਾਹਮਣੇ ਹਨੇਰੇ ਦੇ ਵਿੱਚ ਲਾ ਦੇਣਾ ਤੇ ਜੋ ਸਾਡੇ ਸਰੀਰ ਦੇ ਸਵਾਸ ਚੱਲਦੇ ਪਏ ਨੇ ਨਾਸਕਾ ਦੇ ਰਾਹੀਂ ਇਹ ਉੱਥੋਂ ਹੀ ਆਪਾਂ ਚੱਲਣ ਦੇਣੇ ਨੇ ਜੋ ਆਪਣਾ ਮੂੰਹ ਹੈ ਬੋਲਣ ਨੇ ਉਹਨਾਂ ਨੂੰ ਬਿਲਕੁਲ ਪਰ ਰੋਕ ਲੈਣਾ ਹੈ ਬਿਲਕੁਲ ਆਪਾਂ ਧਿਆਨ ਦੀ ਅਵਸਥਾ ਦੇ ਵਿੱਚ ਉਤਰ ਜਾਣਾ ਹੈ ਜੋ ਅੰਦਰੋਂ ਸ਼ਬਦ ਸੁਣਾਈ ਦਿੰਦੇ ਨੇ ਧਿਆਨ ਆਪਾਂ ਉਧਰ ਲੈ ਕੇ ਜਾਣਾ ਹੈ ਜਿਵੇਂ ਜਿਵੇਂ ਆਪਾਂ ਉਹਨਾਂ ਸ਼ਬਦਾਂ ਦੇ ਵਿੱਚ ਧਿਆਨ ਲਿਜਾਵਾਂਗੇ ਜੋ ਸਾਡਾ ਮਨ ਹੈ ਇਹ ਪੌਣ ਦੇ ਵਿੱਚ ਮਾਲਕ ਨੇ ਪਰੋਇਆ ਹੈ ਤੇ ਇਹ ਪੌਣ ਨੂੰ ਛੱਡਣਾ ਸ਼ੁਰੂ ਕਰ ਦੂਗਾ ਜਦੋਂ ਪੌਣ ਨੂੰ ਛੱਡਣਾ ਸ਼ੁਰੂ ਕਰੇਗਾ ਤਾਂ ਇਸ ਨੂੰ ਆਪਣਾ ਸਰੀਰ ਵੀ ਚਿੱਤੇ ਭੁੱਲ ਜਾਣਾ ਤੋ ਭਾਈ ਇਹੇ ਕੰਮ ਕਰਨਾ ਹੈ ਕਿ ਸਾਨੂੰ ਸਾਡਾ ਸਰੀਰ ਅਸੀਂ ਪਾਉਣ ਤੋਂ ਅਲੱਗ ਹੋ ਜਾਈਏ ਤੇ ਅਲੱਗ ਕਿੱਦਾਂ ਹੋ ਹੋਣਾ ਕਿ ਆਪਾਂ ਜਿੰਨਾ ਵੱਧ ਵੱਧ ਸ਼ਬਦਾਂ ਦੇ ਵਿੱਚ ਸਮਾਵਾਂਗੇ ਜੋ ਅੰਤਰਗਤ ਸ਼ਬਦ ਚੱਲਦੇ ਨੇ ਉਹਨਾਂ ਨੂੰ ਆਪ ਧਿਆਨ ਦੇ ਵਿੱਚ ਬੈਠ ਕੇ ਵੱਧ ਤੋਂ ਵੱਧ ਸੁਣਨਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ